ਸੰਗਰੂਰ ਦੇ ਦਿੜਬਾ ਇਲਾਕੇ ਵਿੱਚ ਸੀਵਰੇਜ ਦੀ ਪਾਈਪ ਪਾਉਂਦੇ ਸਮੇਂ ਡਿੱਗੀ ਮਿੱਟੀ ਹੇਠ ਆਉਣ ਨਾਲ ਇੱਕ ਮਜ਼ਦੂਰ ਦੀ ਮੌਤ ਹੋਣ ਦੀ ਖਬਰ ਹੈ। ਘਟਨਾ ਕੱਲ੍ਹ ਦੇਰ ਰਾਤ ਦੀ ਹੈ। ਦਰਅਸਲ ਕੱਲ੍ਹ ਦੇਰ ਸ਼ਾਮ ਨੂੰ ਪਾਈਪ ਪਾਉਂਦੇ ਸਮੇਂ ਮਿੱਟੀ ਦੀ ਖੁਦਾਈ ਕਰਦੇ ਹੋਏ ਮਜ਼ਦੂਰ ਮਿੱਟੀ ਹੇਠ ਦੱਬ ਗਏ, ਜਿਨ੍ਹਾਂ ਵਿੱਚੋਂ ਇੱਕ ਮਜ਼ਦੂਰ ਤਾਂ ਕਿਸੇ ਢੰਗ ਨਾਲ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ, ਜਦਕਿ ਗੁਰਪ੍ਰੀਤ ਸ਼ਰਮਾ ਨਾਮਕ ਮਜ਼ਦੂਰ ਬਾਹਰ ਨਾ ਨਿਕਲ ਸਕਿਆ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵੱਲੋਂ ਮਜ਼ਦੂਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਹਾਲਾਂਕਿ ਇਸ ਦੌਰਾਨ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ, ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਾ ਪਹੁੰਚਿਆ। ਦੇਰ ਰਾਤ ਤੱਕ ਆਸ-ਪਾਸ ਦੇ ਲੋਕਾਂ ਵੱਲੋਂ JCB ਮਸ਼ੀਨ ਦੀ ਮਦਦ ਨਾਲ ਮਜ਼ਦੂਰ ਨੂੰ ਬਾਹਰ ਕੱਢ ਲਿਆ ਗਿਆ। ਮਜ਼ਦੂਰ ਦਾ ਸਾਹ ਚੱਲ ਰਿਹਾ ਸੀ, ਪਰ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸਮੇਂ ਰਹਿੰਦੇ ਅਗਰ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਤਾਂ ਮ੍ਰਿਤਕ ਦੀ ਜਾਨ ਬਚਾਈ ਜਾ ਸਕਦੀ ਸੀ। ਉਹਨਾਂ ਠੇਕੇਦਾਰ ਉੱਪਰ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅਣਗਹਿਲੀ ਤਾਂ ਜੀ ਇਹ ਠੇਕੇਦਾਰ ਦੀ ਹੈ। ਇਹ ਮੰਗ ਕਰਦੇ ਵੀ ਠੇਕੇਦਾਰ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ, ਠੇਕੇਦਾਰ ਤੇ ਗਰੀਬ ਪਰਿਵਾਰ ਨੂੰ ਕੋਈ ਸਹਾਇਤਾ ਮਿਲਣੀ ਚਾਹੀਦੀ ਹੈ। ਫਿਲਹਾਲ ਦੇਰ ਨਾਲ ਪਹੁੰਚੇ ਅਧਿਕਾਰੀ ਇਸ ਘਟਨਾ ਨੂੰ ਮਹਿਜ਼ ਇੱਕ ਹਾਦਸਾ ਕਰਾਰ ਦਿੰਦੇ ਹੋਏ ਠੇਕੇਦਾਰ ਦਾ ਪੱਖ ਪੂਰਦੇ ਦਿਖਾਈ ਦਿੱਤੇ। ਸੀਵਰੇਜ ਦਾ ਕੰਮ ਚੱਲ ਰਿਹਾ ਜੀ, ਉਸ ਦੇ ਵਿੱਚ ਦੋ ਲੜਕੇ ਕੰਮ ਕਰ ਰਹੇ ਸੀਗੇ, ਉੱਥੇ ਕਿਤੇ ਮਿਸਐਪ ਹੁੰਦੇ ਕੁਛ ਪਤਾ ਨਹੀਂ ਲੱਗਦਾ ਹੈਗਾ, ਗਲਤੀ ਤਾਂ ਇਹਦੇ ਵਿੱਚ ਕਿਸੇ ਦੀ ਹੈ ਨਹੀਂ ਗੀ। ਸੰਗਰੂਰ ਤੋਂ ਅਨਿਲ ਜੈਨ, ਖਬਰ ਹਰਪਲ ਇੰਡੀਆ ਲਈ।